मेरी गल सुन, किटी जिहड़ी आ जाके उधर आके उधर दसनी इधर दिंदी ना, ओनू जरा पंजाबी समझा कि मैं समझावा ओनू। मम्मा मेरे हुंदिया ही आई सी, मैं सुनी सी ओदी गल, ओह ते कहिंदी तू अपना हक लै। वैसे गलत भी नहीं कोई किया, प्यो जनानी लैके बैठा वा ना, डिवोर्स है ना, कोई गल ना कोई बात, ते तू क्यों इत्थे आके बैठ गया, तू लड़ किथे जावे। ते ओने ते मम्मा वैसे उस टाइम ते ओदियां गल्लां मैनूं सही लगियां सी। नहीं पैन रहण दे, ओदे ओदे खाने च ओही गल घुम गई जे, अपना हक लै। ਕਿਹੜੇ ਜਮਾਨੇ ਸਦੀਆਂ ਦੀ ਗੱਲਾਂ ਕਰਦੇ ਜੇ, ਉੱਥੇ ਅੱਗ ਵਿੱਚ ਕੁੜੀ ਨੂੰ ਭੇਜਦਾ, ਦੂਜੀ ਜਨਾਨੀ ਉੱਥੇ ਬੈਠੀ ਹੈ, ਸੱਸੋਂ ਦੀ ਉਹਨੂੰ ਨਹੀਂ ਪੁੱਛਦੀ ਕਿੱਥੇ ਭੇਜਦੀ ਅਸੀਂ ਉਹਨੂੰ। ਸ਼ੰਮੀ ਨਾਲ ਗੱਲ ਕਰੋ, ਇਹ ਕਹਿਣਾ ਤੂੰ ਕਰਨੀ ਕਿ ਮੰਮਾ ਨੇ ਕਰਨਾ, ਮੈਂ ਆਪੇ ਕਰ ਲਾਂਗੀ, ਜਾਓ ਤੁਸੀਂ ਵੀ ਕੰਮ ਤੇ, ਕੋਈ ਨੀ ਵੇਖ ਲੈਣੇ ਆ। ਮੇਰੀ ਗੱਲ ਸੁਣ, ਹਾਂਜੀ ਉਹਨੂੰ ਨਾ ਠਹਿਰ ਕੇ ਨਾ ਬਾਜ਼ਾਰ ਲੈ ਜੀ ਪਹਿਲੇ, ਅੱਜ ਇਹਨਾਂ ਉਹਦੇ ਨਾਲ ਗੱਲ ਕਰ, ਮੇਰੀ ਗੱਲ ਸੁਣੋ, ਅਜੇ ਨਾ ਗੱਲ ਕਰ, ਅੱਜ ਉਹਨੂੰ ਬਾਜ਼ਾਰ ਵੀ ਜੋ ਮਿਲਿਆ ਥੋੜਾ ਜਿਹਾ ਦਿਲ ਖੁਸ਼ ਹੋ ਜਾਏਗਾ ਨਾ, ਜਦੋਂ ਥੋੜੀ ਜਿਹੀ ਖੁਸ਼ੀ ਦੇ ਮੋਲ ਚ ਹੋਏਗੀ ਨਾ, ਫਿਰ ਉਹਦੇ ਨਾਲ ਗੱਲ ਕਰੇ, ਤੇ ਲੱਗੀ ਉਸ ਮੁੰਡੇ ਦਾ ਨੰਬਰ ਵੀ ਲੈ ਲਈ, ਤੇ ਹੌਲੀ ਹੌਲੀ ਕਰਕੇ ਗੱਲ ਕਰਾਈ ਤੂੰ ਉਹਦੇ ਨਾਲ। ਠੀਕ ਆ, ਤੈਨੂੰ ਸ਼ਾਮੀ ਬਾਜ਼ਾਰ ਲੈ ਜੀ, ਘੁੰਮ ਫਿਰ ਆਇਆ ਜੇ ਦੋਵੇਂ ਜਣੀਆਂ, ਉਹਦਾ ਮਨ ਹੋਰ ਹੋ ਜਾਏਗਾ, ਅਜੇ ਉਹ ਗੁੱਸੇ ਚ ਗਈ, ਅਜੇ ਉਹਨੂੰ ਗੱਲ ਨਾ ਕਰ। ਠੀਕ ਹੈ, ਚੱਲ ਜਾਓ ਤੁਸੀਂ ਵੀ ਕੰਮ ਤੇ। ਮੰਮੀ ਹੁਣ ਦੱਸੋ ਕੀ ਸੋਚਿਆ ਜੇ ਕੁੜੀ ਦਾ, ਉਧਰੋਂ ਉਹਨਾਂ ਨੇ ਡਿਵੋਰਸ ਪੇਪਰ ਭੇਜਤੇ ਆ, ਉਹ ਸਾਈਨ ਕਰਨ ਨੂੰ ਤਿਆਰ ਨਹੀਂ ਗੀ, ਕੀ ਸੋਚਣਾ ਵਾ ਦੱਸੋ ਹੁਣ। ਜੇ ਤੇ ਮੇਰੀ ਗੱਲ ਸੁਣੋ, ਸ਼ੰਮੀ ਨੇ ਵਿਆਹ ਨਹੀਂ ਕਰਾਉਣਾ ਤੇ ਮੈਂ ਉਹਨਾਂ ਤੇ ਪਰਚਾ ਦੇਣ ਲੱਗਾ ਜੇ ਦਾਜ ਦਾ, ਤੇ ਸਾਰਿਆਂ ਨੂੰ ਅੰਦਰ ਕਰਾ ਦੇਣਾ ਜੀ। ਮੇਰੀ ਸੁਣ ਲਓ ਗੱਲ, ਫਿਰ ਨਾ ਆਖਿਓ ਉਹ ਕਿਤੇ ਸਾਡੀ ਕੁੜੀ ਐਡੀ ਰਹੀ ਆ। ਹੈ ਤੈਨੂੰ ਕਿੰਨੇ ਕਿਉਂ ਰਹੀ ਹੋਈ ਹੈ, ਕੋਈ ਨੀ ਉਹ ਰਹੀ ਹੋਈ, ਅੱਜ ਕੱਲ ਕੁੜੀਆਂ ਕੋ ਨਹੀਂ ਰਹੀਆਂ ਹੋਈਆਂ ਹੁੰਦੀਆਂ, ਅੱਜ ਕੱਲ ਕੁੜੀਆਂ ਆਪਣੇ ਪੈਰਾਂ ਤੇ ਖੁਦ ਹੁੰਦੀਆਂ ਨੇ ਖੜੀਆਂ। ਉਹਨੇ ਕੀ ਸੋਚਿਆ ਸੀਗਾ ਵੀ ਅਸੀਂ ਇਹਨੂੰ ਐਵੇਂ ਬਿਠਾ ਛੜਾਂਗੇ। ਮੈਨੂੰ ਉਹ ਤੇ ਆਉਂਦਾ ਗੁੱਸਾ, ਉਹਨੇ ਤੇ ਬੜੀ ਛੇਤੀ ਸਮਝ ਭੇਜਦੇ ਆ ਵੀ ਸੈਨ ਕਰਕੇ ਦੇ ਦੋ, ਤੇ ਮੈਂ ਤੇ ਪੁੱਤ ਸੈਨ ਚੰਗੀ ਤਰ੍ਹਾਂ ਕਰਾ ਕੇ ਦਊਂਗਾ, ਉਹਨੂੰ ਇੱਕ ਵਾਰੀ ਸਬਕ ਤੇ ਸਿਖਾਈਏ। ਗੱਲ ਪਤਾ ਲੱਗੀ, ਤੂੰ ਵੀ ਆਪਣੀ ਜਗ੍ਹਾ ਤੇ ਸਹੀ ਹੈ ਤੇ ਉਹ ਵੀ ਆਪਣੀ ਜਗ੍ਹਾ ਤੇ ਠੀਕ ਹੈ। ਦੇਖ ਉਹ ਕਹਿੰਦੀ ਮੈਂ ਘਰ ਜਾਣਾ, ਘਰ ਠੀਕ ਹੈ, ਇੱਕ ਜਨਾਨੀ ਨਾ ਜਦੋਂ ਬੜੇ ਸਾਲ ਉਹਨੇ ਉੱਥੇ ਕੱਟੇ ਨੇ, ਮੰਮੀ ਉਹਦਾ ਕਿਹੜੀ ਘਰ ਵਾਲੀ ਗੱਲ ਕਰਦੇ ਜੀ, ਕਿਹੜੀ ਘਰ ਵਾਲੀ ਦੀ ਗੱਲ ਕਰਦੇ ਜੀ, ਉਹ ਉਹਦਾ ਤੇ ਘਰ ਤੇ ਹੁੰਦਾ ਘਰ ਵਾਲੇ ਨਾਲ, ਜਦੋਂ ਪਹਿਲੀ ਗੱਲ ਘਰ ਵਾਲਾ ਹੀ ਨਹੀਂ ਉਹਦਾ ਬਣਿਆ, ਤੇ ਹਜੇ ਵੀ ਉਧਰ ਦਾ ਸੋਚਦੀ ਹੈ ਮੈਂ ਘਰ ਜਾਣਾ। ਪਰ ਲੱਕੀ ਉਹਨੂੰ ਸਮਝਾਉਣ ਲੱਗਿਆ ਟਾਈਮ ਲੱਗਣਾ ਥੋੜਾ ਜਿਹਾ, ਜੇ ਥੋੜਾ ਟਾਈਮ ਸਾਨੂੰ ਉਹਨੂੰ ਦੇਣਾ ਪੈਣਾ ਹੈ, ਅਸੀਂ ਉਹਨੂੰ ਗੁੱਸੇ ਨਾਲ ਕਰਾਂਗੇ ਨਾ ਤੇ ਗੁੱਸੇ ਨਾਲ ਗੱਲ ਹੈਂਡਲ ਨਹੀਂ ਹੋਣੀ, ਉਹਨੇ ਕਿ ਪਤਾ ਕੀ ਕਹਿਣਾ ਵੀ ਇਹਦੇ ਚਾਚੀ ਸੀ ਨਾ, ਇਹਨੇ ਤਾਂ ਫੈਸਲਾ ਸਹੀ ਨਹੀਂ ਲਿੱਤਾ। ਗੱਲ ਮੰਮੀ ਚਾਚੀ ਦੀ ਨਹੀਂ ਗੀ, ਆਪਾਂ ਤੇ ਉਹਦਾ ਚੰਗਾ ਹੀ ਸੋਚਣ ਨੇ ਨਾ, ਭਲਾ ਹੀ ਸੋਚਣ ਨੇ ਆ ਵੀ ਚੱਲ ਚੰਗੀ ਜਗ੍ਹਾ ਵਿਆਹੀ ਜਾਊਗੀ, ਬਾਹਰ ਚੱਲ ਜਾਏਗੀ, ਆਪੇ ਉਹ ਸੁੱਖ ਵੇਖੂਗੀ। ਭਰਾਵਾ ਮੈਂ ਤਾਂ ਕਹਿੰਦੀ ਹਾਂ ਸ਼ੁਕਰ ਹੋਏਗਾ ਬਾਹਰ ਚਲੀ ਜਾਏਗੀ, ਝੰਝਟਾਂ ਤੋਂ ਸਿਆਪਿਆਂ ਤੋਂ ਕਲੇਸ਼ ਤੋਂ ਕੁੜੀ ਪਾਸੇ ਹੋਏਗੀ। ਹੋਰ ਮੈਂ ਦੁਸ਼ਮਣ ਦੀ ਧੀ ਵੀ ਨਾ, ਕਹਿੰਦੇ ਨੇ ਦੁਖੀ ਨਾ ਰਵੇ, ਕੀ ਕਰਾਂ ਮੰਮੀ, ਭਰਾਵਾ ਦੁੱਖ ਵੇਖਿਆ ਨੀ ਜਾਂਦਾ ਮੇਰੇ ਕੋਲ ਸ਼ੰਮੀ ਦਾ, ਕੀ ਉਹ ਵਿਚਾਰੀ ਡਰ ਡਰ ਕੇ ਗੱਲ ਕਰਨ ਦੀ ਸੀ, ਮੈਂ ਤੁਹਾਡੇ ਨਾਲ ਇੱਕ ਗੱਲ ਕਰਾਂ, ਉਹਦੇ ਕੋਲ ਤਾਂ ਇੰਨੀ ਹਿੰਮਤ ਨਹੀਂ ਹੈਗੀ ਸੀ ਮੈਂ ਕਹਿ ਹੀ ਦੇਵਾਂ ਵੀ ਮੈਂ ਉਧਰ ਜਾਵਾਂ। ਉਹਨੂੰ ਨਾ ਸ਼ੁਰੂ ਤੋਂ ਡਰਨ ਦੀ ਆਦਤ ਪੈ ਗਈ ਹੋਈ ਹੈ, ਉਹਨਾਂ ਨੇ ਵੀ ਡਰਾ ਡਰਾ ਕੇ ਰੱਖੀ, ਇਸ ਕਰਕੇ ਹੁਣ ਉਹ ਕੋਈ ਵੀ ਗੱਲ ਕਰਦੀ ਨਾ ਉਸ ਤੋਂ ਪਹਿਲਾਂ ਸਹਿਮ ਜਾਂਦੀ ਡਰ ਜਾਂਦੀ ਹੈ ਕਿ ਮੈਂ ਕਰਾਂ ਕੀ ਕੁਛ। ਲੱਕੀ ਮੈਂ ਵੀ ਉਹਦੇ ਨਾਲ ਸਲੂਕ ਸਹੀ ਨਹੀਂ ਕੀਤਾ। ਚਲੋ ਮੰਮੀ ਉਹ ਤੇ ਪੁਰਾਣੀਆਂ ਗੱਲਾਂ, ਵਿਚਾਰੀ ਰੋ ਰੋ ਕੇ ਨਾ ਇੰਨਾ ਕੁ ਮੂੰਹ ਕੱਢ ਲਿਆ ਵਾ, ਵੇਖਿਆ ਨਹੀਂ ਜਾਂਦਾ ਮੇਰੇ ਕੋਲ ਸ਼ੰਮੀ ਦਾ ਦੁੱਖ। ਤੇ ਮੇਰੀ ਗੱਲ ਸੁਣ, ਤੂੰ ਨਾ ਉਹ ਮੁੰਡੇ ਵਾਲੇ ਨਾਲ ਗੱਲ ਕਰ, ਉਹਨੂੰ ਕਹਿ ਉਹਦਾ ਨੰਬਰ ਲਿਆ ਮੁੰਡੇ ਦਾ, ਸਮਝਾ ਦੋ ਸਿੱਧਾ ਸਿੱਧਾ ਡਿਵੋਰਸ ਪੇਪਰ ਤੇ ਸਾਈਨ ਕਰਦੇ ਤੇ ਅੱਗੋਂ ਆਪਣੀ ਨਵੀਂ ਜ਼ਿੰਦਗੀ ਬਾਰੇ ਸੋਚੇ, ਤੇ ਜਿਹੜਾ ਮੁੰਡਾ ਵੇਖਿਆ ਉਹਦੇ ਵਾਸਤੇ ਹਾਂ ਕਰਦੇ। ਵੇਖੋ ਮੰਮੀ ਦੁਬਾਰਾ ਇਹੋ ਜਿਹੇ ਰਿਸ਼ਤੇ ਨਹੀਂ ਮੁੜ ਕੇ ਮਿਲਣੇ, ਏਡਾ ਸੋਹਣਾ ਰਿਸ਼ਤਾ ਆਇਆ ਵਾ ਤੇ ਉਹ ਤੇ ਰਿਸ਼ਤਾ ਕਰਨ ਨੂੰ ਤਿਆਰ ਵੀ ਆ, ਤੇ ਫਿਰ ਇਹਨੇ ਬਾਹਰ ਵੀ ਚੱਲ ਜਾਣਾ ਵਾ ਤੇ ਮੰਮੀ ਇਹਦੀ ਤੇ ਲਾਈਫ ਸੈੱਟ ਹੋ ਜਾਣੀ ਆ, ਤੇ ਵੇਖਿਆ ਕੀ ਸੋਚਦੀ ਉਹਨਾਂ ਬਾਰੇ, ਇਹ ਹਜੇ ਵੀ ਉੱਧਰ ਜਾਣ ਦੀ ਸੋਚਣ ਦੀ ਆ,
ते उन्हें इन्हें बारे एक बार नहीं सचिया, एक बार भी किस तरह बेइज्जत करके सानू सारन घरों बाहर कढ़ता, साडे सामने किन्नियां गल्लां सुनाईयां मैनू उस गल दा ते गुस्सा बड़ा वा। ते इहनू कह दो मम्मी डिवोर्स पेपर ते साइन कर ते अगों आपां विआह दी तैयारी करिए। वेखो उह विआह दीआं तैयारियां करन दे ना, ते साडी कुड़ी एड्डी रही वी नहीं आ, इहदा रिश्ता नहीं होणा, रिश्ता ते घर चल के आया वा। कोई नहीं कर देंगा, कर देंगे गल, निकली पूरी नहीं हो जांदी। मम्मी टेंशन क्यों ना लवा, जड़ी जनानी दे नाल कुड़ी दे नाल इन्ना वड्डा हादसा हो जाए ना लकी, ओ डर जांदा ओनू, सानू ਹੋਰ ਤਰੀਕੇ ਨਾਲ ਹੈਂਡਲ ਕਰਨਾ ਪਏਗਾ। ਹੁਣ ਕੀ ਕਰਾਂ ਮੰਮੀ, ਭਰਾ ਵਾਣਾ ਵੇਖਿਆ ਨਾ ਇਹਨੇ ਆਪਣੀ ਪਹਿਲੀ ਜ਼ਿੰਦਗੀ ਵੇਖੀ ਕਿਵੇਂ ਵਿਚਾਰੀ ਨੇ ਦੁੱਖਾਂ 'ਚ ਕੱਟੀ, ਉਹਨੇ ਆਪਣੀ ਜ਼ਿੰਦਗੀ 'ਚ ਸੁੱਖ ਵੇਖੇ ਕਿੱਥੇ ਆ, ਪਹਿਲਾਂ ਵੀ ਦੁਖੀ ਰਹੀ ਤੇ ਜੇ ਵਿਆਹ ਕਰਾਇਆ ਤੇ ਉੱਥੇ ਜਾ ਕੇ ਦੁਖੀ ਰਹੀ, ਤੇ ਇੱਕ ਰੱਬ ਨੇ ਮਾਰ ਮਾਰਤੀ ਬੱਚੇ ਤੋਂ ਵਾਂਝੀ ਰਹੀ। ਕੋਈ ਗੱਲ ਨਹੀਂ, ਮੇਰੀ ਗੱਲ ਸੁਣ ਨਾਲ ਸੱਚ, ਮੈਂ ਹੁਣੇ ਸਿਮਰਤ ਨੂੰ ਫੋਨ ਕਰਨਾ ਵੀ ਦੱਸ। ਕੱਲ੍ਹ ਸਿਮਰਤ ਦਾ ਫੋਨ ਆਇਆ, ਇਹ ਪਤਾ ਨਹੀਂ ਕੋਠੇ 'ਤੇ ਜਾ ਕੇ ਦੋ ਘੰਟੇ ਕੀ ਗੱਲਾਂ ਪਤਾ ਕਰਦੀ ਰਹੀ, ਉਹਨੇ ਕੋਈ ਘਰ ਦੀਆਂ ਗੱਲਾਂ ਕੀਤੀਆਂ ਹੋਣਗੀਆਂ ਅਤੇ ਇਹਦਾ ਧਿਆਨ ਫਿਰ ਘਰ ਨੂੰ ਚਲਾ ਗਿਆ ਜਿਹੜਾ। ਅਤੇ ਅੱਜ ਮੈਂ ਸਿਮਰਤ ਨੂੰ ਕਹਿਣਾ ਤੂੰ ਉੱਧਰ ਦੀ ਗੱਲ ਬਿਲਕੁਲ ਇਹਨੂੰ ਨਹੀਂ ਉਹ ਦੱਸਣੀ। ਮੰਮੀ ਸਿਮਰਤ ਨੇ ਵਿਆਹ ਬਾਰੇ ਦੱਸਿਆ ਨਾ ਵਾ, ਇੱਧਰ ਦੀ ਤਿਆਰੀ ਹੋਣਦੀ ਹੈ। ਕੋਈ ਨਹੀਂ ਮੈਂ ਕਰ ਲੈਂਦੀ ਗੱਲ, ਤੂੰ ਫਿਕਰ ਨਾ ਕਰ, ਪਿਆਰ ਨਾਲ ਸਮਝਾਉਂਦੇ ਜਾ, ਹੁਣ ਤੂੰ ਕੰਮ 'ਤੇ ਜਾ, ਚੱਲ ਆਪਣਾ ਮਨ ਹੋਰ ਕਰ ਅਤੇ ਉਹਨਾਂ ਨੂੰ ਅਜੇ ਲਾਰਾ ਲਾ। ਚਲੋ ਠੀਕ ਆ ਮੰਮੀ, ਕਰਦੀ ਹਾਂ ਮੈਂ ਸਿਮਰਤ ਨੂੰ ਫੋਨ। ਇਹਨਾਂ ਨੇ ਕਿਹਾ ਦੁਖੀ ਜਾਨ ਲੈਣੀ ਕੀਤੀ ਪਈ ਹੈ ਮੇਰੀ। ਸਿਮਰਤ ਹਾਂ ਕੀ ਹਾਲ ਨੇ? ਅੱਛਾ ਮੇਰੀ ਗੱਲ ਸੁਣ, ਕੱਲ੍ਹ ਤੂੰ ਸ਼ੰਮੀ ਨੂੰ ਫੋਨ ਕਰਦੀ ਪਈ ਸੀ, ਕੀ ਗੱਲਾਂ ਪਤਾ ਮਾਰਦੀ ਪਈ ਸੋ ਦੋਨੋਂ ਜਰੀਆਂ ਰਲ ਕੇ? ਵਿੱਚ ਫੋਨ ਵੀ ਆਉਂਦਾ ਪਈ ਕਿਸੇ, ਚੱਲ ਕੋਈ ਨਹੀਂ। ਅਤੇ ਮੇਰੀ ਗੱਲ ਸੁਣ, ਸ਼ੰਮੀ ਨਾਲ ਤੇਰੀ ਜਦੋਂ ਵੀ ਗੱਲ ਹੋਵੇ ਨਾ ਤੇ ਤੂੰ ਉਧਰ ਦੀ ਰਾਮ ਕਹਾਣੀ ਇਹਨੂੰ ਕੋਈ ਨਹੀਂ ਦੱਸੀ। ਉਹ ਮੈਨੂੰ ਤੂੰ ਤੂੰ ਕਹੇਂਗੀ ਮੈਂ ਨਹੀਂ ਦੱਸੀ ਤੇ ਨਹੀਂ ਦੱਸੀ, ਬਸ ਤੂੰ ਮੈਂ ਤੈਨੂੰ ਹੁਣ ਕਹਿੰਦੀ ਪਈ ਹਾਂ ਉਧਰ ਦੀ ਗੱਲ ਕੋਈ ਨਹੀਂ ਉਧਰ ਦੱਸਣੀ। ਸਿੱਧੀ ਗੱਲ ਹੈ, ਹਾਲ ਚਾਲ ਪੁੱਛੋ, ਜੀ ਸਦਕੇ ਪੁੱਛੋ, ਜਿੰਨੀਆਂ ਮਰਜ਼ੀ ਹੋਰ ਗੱਲਾਂ ਕਰੋ, ਉਹਦਾ ਹੁਣ ਦਿਮਾਗ ਉਧਰੋਂ ਕੱਢਣਾ ਹੈ ਕਿ ਉਧਰ ਲਾਉਣਾ ਹੈ। ਚੱਲ ਠੀਕ ਹੈ, ਮੈਂ ਤੇਰੇ ਬਾਅਦ ਗੱਲ ਕਰਦੀ, ਮੈਂ ਜਿਹੜਾ ਪਹਿਲੇ ਸ਼ੰਮੀ ਨਾਲ ਕਰ ਲਾਂ, ਤੇਰਾ ਵੀਰਾ ਬੜਾ ਗੁੱਸੇ 'ਚ ਗਿਆ ਹੈ, ਉਹ ਮੈਂ ਤੈਨੂੰ ਕਹਾਣੀ ਬਾਅਦ ਦੱਸ ਦਾਂਗੀ, ਤੈਨੂੰ ਹੀ ਹਨੇਰੀ ਆਈ ਹੋਈ ਹੈ, ਪਹਿਲੇ ਮੈਨੂੰ ਦੱਸ ਲੈ ਜਿਹੜੀ ਗੱਲ ਹੈ, ਪਹਿਲੇ ਮੈਨੂੰ ਦੱਸ ਲੈ, ਦੱਸ ਦੱਸ ਕੇ ਤੁਸੀਂ ਆਪੇ ਪਾਏ ਜਾਣ ਨੂੰ। ਅੰਜੂ ਅੰਜੂ, ਹਾਂਜੀ ਮੰਮੀ ਆਈ ਜੇ, ਗੱਲ ਸੁਣ, ਆ ਗਈ ਜੇ, ਆ ਜਾ ਫਿਰ। ਤੂੰ ਨਾ ਰਾਣੇ ਦੇ ਨਾਲ ਜਾ ਕੇ ਨਾ ਆਪਣੀ ਜਿਹੜੀ ਵਰੀ ਬਣਾਉਣੀ ਮੈਂ ਆਪਣੀ ਮਰਜ਼ੀ ਦੇ ਬਣਾ ਕੇ ਲਿਆ, ਰੈਡੀਮੇਡ ਲੈਣੇ ਆ ਤੇ ਰੈਡੀਮੇਡ ਲੈ ਲਾ, ਜੇ ਅਣਸੀਤੇ ਲੈਣੇ ਆ ਅਣਸੀਤੇ ਲੈ ਲੈ, ਠੀਕ ਹੈ ਨਾ? ਤੇ ਜਾ ਕੇ ਬਣਾ ਲਿਆ, ਹੋਰ ਵੀ ਤੈਨੂੰ ਜਿਹੜੀ ਚੀਜ਼ ਦੀ ਲੋੜ ਹੈ ਨਾ ਪੁਰਾਣੇ ਨਾਲ ਜਾ ਕੇ ਬਣਾ ਲਿਆ। ਤੁਸੀਂ ਚਲ ਜਾਂਦੇ ਮੰਮੀ, ਤੁਸੀਂ ਲੈਣਦੇ ਆਪਣੀ ਮਰਜ਼ੀ ਨਾਲ, ਮੈਂ ਕਿੱਥੇ ਜਾਊਂਗੀ, ਨਾ ਮੇਰੇ ਕੋਲ ਤੁਰਿਆ ਜਾਂਦਾ, ਗੋਡਾ ਮੇਰਾ ਪੀੜ ਕਰਦਾ, ਤੁਸੀਂ ਫਿਰ ਤੁਰ ਕੇ ਲੈ ਆਓਗੇ, ਚੀਜ਼ ਵਧੀਆ ਲੈ ਆਓਗੇ, ਮੈਨੂੰ ਰਹਿਣ ਦਿਓ ਘਰ, ਲਿਆ ਕੇ ਮੈਨੂੰ ਵਿਖਾ ਦਿਓ, ਠੀਕ ਹੈ? ਚਲੋ ਜਿਸਾ ਤੁਸੀਂ ਕਹਿੰਦੇ ਹੋ। ਤੇ ਜਾਂ ਸਿਮਰਤ ਨੂੰ ਲੈ ਜਾ ਕੇ, ਸਿਮਰਤ ਤੁਹਾਨੂੰ ਪਤਾ ਮੇਰੇ ਨਾਲ ਠੀਕ ਤਰ੍ਹਾਂ ਗੱਲ ਹੀ ਨਹੀਂ ਕਰਦੀ, ਮੈਂ ਉਹਦੇ ਨਾਲ ਕਿੱਥੇ ਜਾਵਾਂ, ਮੈਂ ਤੈਨੂੰ ਬੜੀ ਬੜੀ ਕੋਸ਼ਿਸ਼ ਕਰਦੀ ਹਾਂ ਪਿਆਰ ਨਾਲ ਮਿਲਾਉਣ ਦੀ, ਪਰ ਉਹ ਤੇ ਬਸ ਰੁੱਖਾ ਹੀ ਜਵਾਬ ਦੇ ਦਿੰਦੀ ਹੈ। ਪੁੱਤ ਹੁਣ ਤੂੰ ਵੇਖ, ਤੈਨੂੰ ਸਿਮਰਤ ਨਹੀਂ ਬੁਲਾਉਂਦੀ ਚੰਗੀ ਤਰ੍ਹਾਂ, ਤੂੰ ਕੋਸ਼ਿਸ਼ ਕਰਨੀ ਆ ਉਹਨੂੰ ਬੁਲਾਉਣ ਦੀ, ਠੀਕ ਹੈ? ਤੂੰ ਵੱਡੀ ਹੈ, ਠੀਕ ਹੈ, ਉਹਨੂੰ ਥੋੜ੍ਹਾ ਗੁੱਸਾ ਹੈਗਾ ਕਿਉਂਕਿ ਸ਼ੰਮੀ ਚਲੀ ਗਈ ਆ, ਉਹ ਉਹਦੀ ਭੈਣ ਸੀ, ਤੂੰ ਗੁੱਸਾ ਤਾਂ ਹੁੰਦਾ ਹੀ ਹੈ ਨਾ ਪੁੱਤ, ਤੂੰ ਉਹਨੂੰ ਪਿਆਰ ਕਰਨਾ, ਪਿਆਰ ਕਰਕੇ ਉਹਨੂੰ ਸਮਝਾਉਣਾ ਹੈ ਵੀ ਮੈਂ ਇੱਥੇ ਰਹਿਣਾ, ਤੁਸੀਂ ਦੋਵਾਂ ਨੇ ਹੁਣ ਰਲ ਕੇ ਘਰ ਚੱਲਣਾ, ਉਹ ਤਾਂ ਹੈ, ਠੀਕ ਹੈ ਨਾ? ਅਤੇ ਤੂੰ ਨੀਵੀਂ ਹੋ ਜਾ, ਕੋਈ ਗੱਲ ਨਹੀਂ, ਤੂੰ ਵੱਡੀ ਹੋ ਕੇ ਵੀ ਨੀਵੀਂ ਹੋ ਜਾ, ਉਹ ਛੋਟੀ ਹੈ, ਠੀਕ ਹੈ? ਅਤੇ ਪਿਆਰ ਨਾਲ ਘਰ ਚਲਾਓ, ਕਿਉਂਕਿ ਕੱਲ੍ਹ ਨੂੰ ਹੁਣ ਤੁਹਾਡਾ ਵਿਆਹ ਹੋ ਜਾਏਗਾ,
ਹੋਣਾ ਨਾ ਵਿਆਹ ਤੇ ਖੁਸ਼ੀਆਂ ਹੋਣਗੀਆਂ ਤੇ ਵਿਆਹ ਕਰਾਂਗੇ ਨਾ ਤੇ ਜੇ ਤੁਸੀਂ ਆਪਸ ਨਾਲ ਡਿੱਕ ਡਿੱਕੇ ਲੈਂਦੀਆਂ ਰਹੀਆਂ ਤੇ ਉਹ ਪਿਆਰ ਨਹੀਂ ਰਹਿਣਾ ਤੇ ਜੇ ਖੁਸ਼ੀਆਂ ਹੋਣਗੀਆਂ ਤੇ ਨੱਚੋ ਟੱਪੋਗੀਆਂ ਇੱਕੋ ਨਾਲ ਤੇ ਨਹੀਂ ਬਿਲਕੁਲ ਮੰਮੀ ਮੈਂ ਤੁਹਾਡੀ ਸਾਰੀਆਂ ਗੱਲਾਂ ਦਾ ਧਿਆਨ ਰੱਖਾਂਗੀ ਤੇ ਸਮਝਾਵਾਂਗੀ ਨਾ ਕਿ ਅਸੀਂ ਮਿਲ ਜੁਲ ਕੇ ਇਸ ਘਰ ਚੁਣ ਰਿਹਾ ਨਾ ਮੈਂ ਤੇ ਕਿਉਂ ਨੀ ਪਿਆਰ ਨਾਲ ਰਹਿ ਲਈਏ ਕੱਲ ਨੂੰ ਵਿਆਹ ਹੋ ਜਾਣਾ ਫਿਰ ਬੱਚਾ ਵੀ ਹੋਣਾ ਤੇ ਜੇ ਤੁਸੀਂ ਆਪਸ ਵਿੱਚ ਲੜਦੀਆਂ ਰਹੀਆਂ ਤੇ ਤੂੰ ਤੂੰ ਮੈਂ ਕਰਦੀ ਨਾ ਤੇ ਬੱਚੇ ਵੀ ਇਹੋ ਕੁਛ ਕਰਨਗੇ ਤੇ ਚੰਗਾ ਲੱਗੂਗਾ ਬਿਲਕੁਲ ਨਹੀਂ ਏਦਾਂ ਦਾ ਕੁਛ ਨਹੀਂ ਹੁੰਦਾ ਹੋਵਾਂਗੇ ਤੇ ਧਿਆਨ ਰੱਖ ਮੇਰਾ ਪੁੱਤ ਤੂੰ ਅਜੇ ਕਰ ਕੀਤਾ ਉਹਨੇ ਤੈਨੂੰ ਜ਼ਿਆਦਾ ਨਹੀਂ ਪਿਆਰ ਪਾ ਲੈਣਾ ਉਹਨੇ ਤੈਨੂੰ ਉਹਨੇ ਨਹੀਂ ਪਿਆਰ ਕਰਨ ਲੱਗ ਪੈਣਾ ਪਹਿਲਾਂ ਤੈਨੂੰ ਕਰਨਾ ਪੈਣਾ ਠੀਕ ਹੈ ਮੰਮੀ ਮੈਂ ਆਪਣਾ ਤਾਂ ਪੂਰਾ ਜ਼ੋਰ ਲਾਵਾਂਗੀ ਕਿ ਉਹਦੇ ਨਾਲ ਪਿਆਰ ਨਾਲ ਰਵਾਂ ਉਹਦੀ ਹਰ ਗੱਲ ਨੂੰ ਸੁਣਾ ਸਮਝਾ ਕੀ ਕਹਿਣਾ ਚਾਹੁੰਦੀ ਹੈ ਕੋਈ ਗੱਲ ਨਹੀਂ ਜੇ ਕੁਛ ਕਹਿ ਵੀ ਦੀਦੀ ਨਾ ਚੁੱਪ ਕਰ ਜਾ ਤੂੰ ਬੋਲਿਆ ਕਹਿ ਲੈ ਛੋਟੀ ਹੈ ਠੀਕ ਹੈ ਠੀਕ ਹੈ ਹਾਂਜੀ ਮੰਮੀ ਚਾਹ ਘਰੇ ਨਹੀਂ ਸੀ ਤੇ ਮਗਰੋਂ ਦਰਜੀ ਆਇਆ ਸੀ ਤੁਹਾਡੇ ਸੂਟ ਲੈ ਕੇ ਦੇਖ ਗਿਆ ਹਾਂਜੀ ਮੈਂ ਵੇਖੇ ਨੇ ਖੋਲ ਕੇ ਬੜੇ ਸੋਹਣੇ ਸੱਚੀ ਸੂਟ ਲਿਆਏ ਤੁਸੀਂ ਤੇ ਮੈਂ ਨਾ ਬਾਹਰ ਖਲੋਤੀ ਸਾਂ ਅੱਛਾ ਗੁਆਂਢਣ ਨੂੰ ਪੁੱਛਦੀ ਜਿਹੜੀ ਤੁਹਾਡੀ ਕੁੜੀ ਤੁਹਾਡੇ ਘਰ ਆਈ ਹੈ ਕਿਹੜੀ ਹੈ ਮੈਂ ਕੋਈ ਗੱਲ ਨਹੀਂ ਭੈਣ ਜੀ ਥੋੜੇ ਦਿਨਾਂ ਤੱਕ ਤੁਹਾਨੂੰ ਲੱਗ ਜੂਗਾ ਸਭ ਕੋ ਪਤਾ ਜਦੋਂ ਮੈਂ ਵੱਡੇ ਇਕੱਠੇ ਲੱਡੂ ਅੱਛਾ ਚਲੋ ਵਧੀਆ ਗੱਲ ਤੇ ਲੈ ਇਹ ਵੀ ਆ ਗਏ ਨੇ ਲਓ ਮੰਮੀ ਆ ਗਏ ਨੇ ਹਾਂਜੀ ਆ ਲਓ ਖਾ ਪੁੱਤ ਆ ਲਓ ਪਹਿਲਾਂ ਤੁਹਾਨੂੰ ਮੇਨ ਚੀਜ਼ ਖਾਣਾ ਸੀ ਮੈਨੂੰ ਤੇ ਮੰਮੀ ਯਕੀਨ ਹੀ ਨਹੀਂ ਹੁੰਦਿਆ ਯਕੀਨ ਕਰਨ ਵੇਖਾ ਰੀਜ ਨਾ ਬਣਾ ਕੇ ਲਿਆਂਦਾ ਮੈਂ ਤੇਰੇ ਤੇ ਪਾਪ ਖੁੱਲ ਗਏ ਇੰਨਾ ਕੁਛ ਤੇ ਸ਼ਮੀ ਨੂੰ ਕਦੀ ਦਿੱਤਾ ਹੀ ਨਹੀਂ ਸੀ ਮੰਮੀ ਮੈਂ ਨਾ ਵਿਆਹ ਜਿਦਾ ਮੇਰਾ ਵੈ ਨਵੀ ਵਿਆਹੀ ਆ ਤੇ ਮੈਨੂੰ ਹੀ ਪਾਣਾ ਜਚਣਾ ਵੈਸੇ ਸਾਰਾ ਕੁਛ ਨਾ ਪੁੱਤ ਤੂੰ ਇਹ ਛੋਟਾ ਜਿਹਾ ਹਾਰ ਕੀ ਕਰਨਾ ਤੇਰੇ ਵਾਸਤੇ ਰਾਣਾ ਕਿੱਡਾ ਸੋਹਣਾ ਵੱਡਾ ਹਾਰ ਬਣਾ ਕੇ ਲਿਆ ਇਹ ਛੋਟਾ ਜਿਹਾ ਹਾਰ ਛੋਟੀ ਵਾਸਤੇ ਆ ਲੈ ਤੇਰੇ ਲਈ ਤੇ ਡਸਣਾ ਬਣਾ ਕੇ ਲਿਆਂਦਾ ਏਡਾ ਵੱਡਾ ਰਾਣੀ ਹਾਰ ਹੈ ਤੇਰਾ ਪੁੱਤ ਤੂੰ ਛੋਟਾ ਜਰੂਰ ਪਾਉਣਾ ਤੂੰ ਵੱਡਾ ਪਾ ਤੂੰ ਵੱਡੀ ਹੈ ਤੇ ਵੱਡਾ ਪਾ ਮੈਂ ਮੰਮੀ ਆ ਲਓ ਇਹਦੇ ਇਹ ਕਰ ਅੱਛਾ ਇਹਦੇ ਚੁੱਕ ਕੇ ਚਲੋ ਠੀਕ ਹੈ ਸੋਹਣੇ ਪੁੱਤ ਲੈ ਤੁਹਾਡੇ ਲਈ ਮੈਂ ਹੋਰ ਬੜਾ ਕੁਝ ਬਣਾ ਕੇ ਲਿਆਂਦਾ ਕਿਹੜੀ ਗੱਲ ਅੱਛਾ ਹੋਰ ਕੀ ਲੈ ਉਹ ਛੋਟਾ ਜਿਹਾ ਪਾ ਕੇ ਕੀ ਕਰਨਾ ਸੀ ਤੂੰ ਆ ਵੇਖੋ ਛੋਟੀ ਜੀ ਚੀਜ਼ ਤੇ ਮਰੀ ਜਾਂਦੀ ਹੁਣ ਕਮੀ ਕੋਈ ਛੱਡੀ ਉੱਥੇ ਤੇਰੇ ਲਈ ਇੰਨਾ ਪਿਆਰ ਕਰਦਾ ਹੀ ਤੈਨੂੰ ਉਹ ਤੋਂ ਵੱਧ ਪਿਆਰ ਤੂੰ ਕਰਨਾ ਮੇਰੇ ਰਾਣੇ ਨੂੰ ਬਿਲਕੁਲ ਮੰਮੀ ਕਿਉਂ ਨੀ
देखो ना ना मेरा कोई अगे ना कोई मेरा पिछे कि दुख उतो लैके आई है ना कभी यह सुख मिले तो तुम मेरे लिए इतना कुछ करते पे हो मैं तो आस ही नहीं की सी कि कोई मेनू इना प्यार नहीं करे बस 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 तेन सारा प्यार मिले राणा तेन बहुत प्यार करता है तू राणे नू उस तो वध प्यार करना पुत वेखी किन्ना तेन प्यार मिलता है इस घर तू बस हूँ ना मैं इस घर से खुशियां ही वेखना चाहनी हाँ सारे गम खत्म हो जाए खुशियां ही खुशियां रहन हूँ मैं कोई गम नहीं वेख सकती पुत इस करके तुम रोया ना करो है प्यार ना रहना खुशी तो अलावा मैं कुछ नहीं चाहिए पुत चुप करो हूँ रोन दे जो कह दस कि हूँ तो खुशियां वा चल आज ये भी मिला के मैं सामना पुत पसंद आ गया सारा को वधिया ना कुछ ज्यादा ही खर्चा कर रहे हो तुसी कोई गल नहीं है फिर केड़ी गल तेरे वास्ते ही है ना सारा कुछ नाने बहुत वधिया बना के लाया किसी चीज की कमी नहीं रहेगी पे पोता भी बनाना सी मैं तेनु करा ठीक है ना वधिया कीता है ते तू अपने वास्ते भी मुंदरी बना ले ये भी बहुत वधिया कीता ठीक है मैं रख लूंगी नहीं पुत मैं सांभूंगी तुसी घर दा काम सांभो मैं आप बारे सामने लगा जिदन टाइम आएगा मैं तेन कट के दवांगी उदन पाई तू मैं रखा वा लिफाफे पा लेनी है लिया पकड़ी फड़ा दे मैं तेरे सामभा हाँ चलो तुम बैठो गल बातें करो मैं आनी हाँ मैं सामभ लवा चाबी मैं इथे चाबी रखी सी चाबी कि चल गई नहीं लगी गई चाबी मैं घर की चाबी बंद करके गई मैं इतनी रखी सी कि रख ली चाबी कि हाथ लग गई चाबी मैं फिर इतने मेकअप आ गया कि नहीं आ गया चाबी कितने दी मैं तेन बारी तो रखी चाबी चाबी तो इधर क्यों नहीं है ही नहीं मैं सारा थान लग ली मैं घरों की गई तो चाबी कितना गायब हो गई चाबी मम्मी कितने नहीं तुझे रखी नहीं चेता भुल गया अलमारी तो उत्ते रखी नहीं पोत तो है नहीं की चाबी मैं सारे लाभे आई हाँ तो है नहीं हाँ फिर कितनी रात हो गई तू ही जाना तू ही घर है मैं तो छाड़ के चल गई मैं मम्मी उधर ना छेड़ा नहीं अलमारी अलमारी तो उत्ते पहली पोत चाबी मैं हमेशा उत्थे लॉक ला के तो उत्थे रख दी चाबी मैं ਚੇਤਾ ਕਰੋ ਕਿਤੇ ਉਹ ਆਪਾਂ ਨਾ ਕਰਨਾ ਮੈਂ ਕਿਤੇ ਨਹੀਂ ਕਿਤਰਾ ਆਇਆ ਸੁਣ ਰਿਹਾ ਥੱਲੇ ਰਾਤੀ ਹੋਏ ਕਿਤੇ ਹੋਰ ਸਾਰੇ ਖੋਲ ਲਿਆ ਮੈਨੂੰ ਕਿਤੇ ਨਹੀਂ ਲੱਭੀ ਚਾਹ ਨਹੀਂ ਲੱਭੀ ਨਹੀਂ ਕਿੱਥੇ ਹੋ ਮੰਮੀ ਵੇਖ ਕਿਤੇ ਵੀ ਨਹੀਂ ਮੈਨੂੰ ਦੀਦੀ ਵੇਖ ਮੈਂ ਸਾਰੇ ਖੋਲ ਲਈ ਆ ਕਿੱਥੇ ਕੀ ਕਿੱਥੇ ਕੀ ਅੱਜ ਕਿਤੇ ਰੱਖੀ ਸੀ ਉਹ ਮੰਮੀ ਤੁਸੀਂ ਨਾ ਆਓ ਓਏ ਨਹੀਂ ਅੱਗੇ ਕਿੰਨੇ ਕਰਦੀ घर ਲੋਕਰ ਜਿਵੇਂ ਇੱਕ ਬਾਰ-ਬਾਰ ਲੈ ਜਾਊਂਗਾ ਚੀਜ਼ਾਂ ਨਾਲੇ ਹੁਣ ਪਾਉਣੀਆਂ ਕਰਨੀਆਂ ਕਿ ਲੋਕਰ ਚ ਰੱਖਣੀਆਂ ਵਾ ਉਹ ਤੇ ਪੁਰਾਣੀਆਂ ਪਈਆਂ ਵਾ ਉਹਨਾਂ ਨੂੰ ਰੱਖਿਆ ਮੇਰੀ ਗੱਲ ਸੁਣ ਚਾਬੀ ਆਪਣੇ ਕੋਲ ਰੱਖੋ ਧਿਆਨ ਨਾਲ ਆਪਣੇ ਕੋਲ ਰੱਖਿਆ ਕਰੋ ਸਹੀ ਹੈ ਨਾ ਆਪੇ ਨੂੰ ਫੜਾ ਮੇ ਚੱਲ ਆਹੋ ਕਿਤੇ ਕੋਈ ਚੀਜ਼ ਰੱਖਣੀ ਲੋੜ ਨਹੀਂ ਆ ਸਾਰਾ ਸਾਥੀ ਨਿਕਲ ਗਿਆ
रखी चाबी उ डरा ही दिता मेरे भी सौ करते चल लग गई है।